ਚੰਡੀਗੜ੍ਹ ਦੇ ਵਿੱਚ ਪਾਰਕਿੰਗ ਦੇ ਹੁਣ ਨਵੇਂ ਰੇਟ ਤੈਅ ਕਰ ਦਿੱਤੇ ਗਏ ਨੇ। ਤਾਂ ਦੱਸ ਦਈਏ ਕਿ 84 ਪਾਰਕਿੰਗਾਂ ਦੇ ਵਿੱਚ ਟਾਈਮਿੰਗ ਦੇ ਹਿਸਾਬ ਨਾਲ ਰੇਟ ਲਿਸਟ ਬਣਾਈ ਗਈ ਹੈ। ਪਾਰਕਿੰਗ ਫੀਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਪਹਿਲੇ 20 ਮਿੰਟ ਦੇ ਲਈ ਪਾਰਕਿੰਗ ਫ੍ਰੀ ਹੋਵੇਗੀ। ਤਾਂ 84 ਪਾਰਕਿੰਗਾਂ ਦੇ ਵਿੱਚ ਟਾਈਮਿੰਗ ਦੇ ਹਿਸਾਬ ਨਾਲ ਇਹ ਰੇਟ ਲਿਸਟ ਤਿਆਰ ਕੀਤੀ ਗਈ ਹੈ। ਬਾਈਕ ਦੇ 7 ਰੁਪਏ ਅਤੇ ਕਾਰ ਦੇ ਲਈ 15 ਰੁਪਏ ਪਾਰਕਿੰਗ ਦਾ ਰੇਟ ਤੈਅ ਕੀਤਾ ਗਿਆ। 4 ਘੰਟੇ ਬਾਈਕ ਪਾਰਕਿੰਗ ਦੇ ਲੱਗਣਗੇ 7 ਰੁਪਏ ਅਤੇ ਪਹਿਲਾਂ 10 ਮਿੰਟ ਲਈ ਇਹ ਪਾਰਕਿੰਗ ਫ੍ਰੀ ਹੁੰਦੀ ਸੀ, ਜਿਸ ਦੀ ਹੁਣ ਟਾਈਮਿੰਗ ਜੋ ਹੈ ਉਹ ਵਧਾ ਕੇ 20 ਮਿੰਟ ਦੇ ਕਰੀਬ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਦੇ ਨਵੇਂ ਰੇਟ ਤੈਅ ਕੀਤੇ ਗਏ ਨੇ। ਇਸ ਦੇ ਵਿੱਚ ਸ਼ਹਿਰ ਦੀ ਪਾਰਕਿੰਗ ਨੂੰ ਹੁਣ 20 ਮਿੰਟ ਦੇ ਲਈ ਫ੍ਰੀ ਕਰ ਦਿੱਤਾ ਗਿਆ। ਪਿੱਕ ਐਂਡ ਡਰੋਪ ਦੇ ਲਈ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਬਾਈਕ ਅਤੇ ਸਕੂਟਰੀ ਜਿਹੜੇ 2 ਪਹੀਆ ਵਾਹਨ ਨੇ ਉਹਨਾਂ ਦੇ 4 ਘੰਟੇ ਦੇ 7 ਰੁਪਏ ਅਤੇ ਕਾਰ ਦੇ 15 ਰੁਪਏ ਲਏ ਜਾਣਗੇ। ਤਾਂ ਦੱਸ ਦਈਏ ਕਿ 8 ਘੰਟੇ ਦੇ ਲਈ ਕਾਰ ਦੇ 20 ਰੁਪਏ ਦੇਣੇ ਪੈਣਗੇ ਅਤੇ ਇਸ ਤੋਂ ਬਾਅਦ ਜੇਕਰ ਦੇਰੀ ਹੁੰਦੀ ਹੈ ਤਾਂ ਉਸਦੇ 10 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਵਸੂਲੇ ਜਾਣਗੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੀ 84 ਪਾਰਕਿੰਗਾਂ ਦੇ ਨਵੇਂ ਰੇਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਮਿੰਨੀ ਬੱਸ, ਕੈਬ ਅਤੇ ਟੈਕਸੀ ਜਿਵੇਂ ਕਮਰਸ਼ੀਅਲ ਵਾਹਨਾਂ ਦੇ ਲਈ ਪਾਰਕਿੰਗ ਦਾ ਅਲੱਗ ਰੇਟ ਤੈਅ ਕੀਤਾ ਗਿਆ। ਉਹਨਾਂ ਨੂੰ 20 ਮਿੰਟ ਦੇ ਲਈ 10 ਰੁਪਏ ਦੇਣੇ ਪੈਣਗੇ। 20 ਮਿੰਟ ਤੋਂ 4 ਘੰਟੇ ਤੱਕ 30 ਰੁਪਏ ਦੇਣੇ ਹੋਣਗੇ, 4 ਘੰਟੇ ਤੋਂ ਲੈ ਕੇ 8 ਘੰਟੇ ਤੱਕ 35 ਰੁਪਏ ਦੇਣੇ ਹੋਣਗੇ ਅਤੇ ਇਸ ਤੋਂ ਬਾਅਦ ਹਰ ਘੰਟੇ ਦੇ 15 ਰੁਪਏ ਵਾਧੂ ਚਾਰਜ ਵਸੂਲਿਆ ਜਾਵੇਗਾ। ਜੇਕਰ ਕਿਸੇ ਨੇ 12 ਘੰਟੇ ਦੇ ਲਈ ਚੰਡੀਗੜ੍ਹ ਦੀ ਸਾਰੀਆਂ ਪਾਰਕਿੰਗਾਂ ਦਾ ਪਾਸ ਬਣਵਾਉਣਾ ਤਾਂ ਇਸ ਦੇ ਲਈ 100 ਰੁਪਏ ਦੇਣੇ ਹੋਣਗੇ ਅਤੇ ਮੰਥਲੀ ਪਾਸ ਦੀ ਫੀਸ 800 ਰੁਪਏ ਰੱਖੀ ਗਈ ਹੈ। ਤਾਂ ਚੰਡੀਗੜ੍ਹ ਦੇ ਵਿੱਚ ਜੋ ਨਵੀਂ ਪਾਰਕਿੰਗ ਦੇ ਰੇਟ ਨੇ ਉਹ ਤੈਅ ਕਰ ਦਿੱਤੇ ਗਏ ਨੇ। ਪਹਿਲੇ 20 ਮਿੰਟ ਕਾਰ ਅਤੇ ਬਾਈਕ ਦੇ ਲਈ ਫ੍ਰੀ ਹੈ। ਮਿੰਨੀ ਬੱਸ, ਕੈਬ ਅਤੇ ਟੈਕਸੀ ਦੇ ਲਈ ਪਹਿਲੇ 20 ਮਿੰਟ ਦੇ 10 ਰੁਪਏ, 20 ਤੋਂ 4 ਘੰਟੇ ਤੱਕ ਕਾਰ ਅਤੇ ਬਾਈਕ ਦੇ 15 ਰੁਪਏ, ਜਦਕਿ ਮਿੰਨੀ ਬੱਸ, ਕੈਬ ਅਤੇ ਟੈਕਸੀ ਦੇ 30 ਰੁਪਏ ਵਸੂਲੇ ਜਾਣਗੇ। 4 ਤੋਂ 8 ਘੰਟੇ ਤੱਕ ਕਾਰ ਅਤੇ ਬਾਈਕ ਦੇ 20 ਰੁਪਏ, ਜਦਕਿ ਮਿੰਨੀ ਬੱਸ, ਕੈਬ ਅਤੇ ਟੈਕਸੀ ਦੇ 35 ਰੁਪਏ ਵਸੂਲੇ ਜਾਣਗੇ। 8 ਘੰਟਿਆਂ ਤੋਂ ਬਾਅਦ ਕਾਰ ਅਤੇ ਬਾਈਕ ਦੇ ਵਿੱਚ 10 ਰੁਪਏ ਪ੍ਰਤੀ ਘੰਟਾ ਵਾਧੂ ਚਾਰਜ ਵਸੂਲਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਮਿੰਨੀ ਬੱਸ, ਕੈਬ ਅਤੇ ਟੈਕਸੀ ਦੇ ਵਿੱਚ 15 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਵਸੂਲੇ ਜਾਣਗੇ। ਉੱਥੇ ਮੰਥਲੀ ਪਾਸ ਦੀ ਜੇਕਰ ਗੱਲ ਕੀਤੀ ਜਾਵੇ, ਕਾਰ ਅਤੇ ਬਾਈਕ ਦਾ 400 ਰੁਪਏ ਦਾ ਹੋਵੇਗਾ, ਮਿੰਨੀ ਬੱਸ, ਕੈਬ ਅਤੇ ਟੈਕਸੀ ਦਾ 800 ਰੁਪਏ ਦਾ ਮੰਥਲੀ ਪਾਸ ਬਣੇਗਾ। ਇਸ ਤੋਂ ਇਲਾਵਾ ਜੋ ਮੋਲ ਨੇ ਉਹਨਾਂ ਦੇ ਵੀ ਰੇਟ ਤੈਅ ਕੀਤੇ ਗਏ ਨੇ। ਪਿਕਾਡਲੀ ਮੋਲ ਦੇ ਬਾਹਰ ਜੇਕਰ ਕੋਈ ਨਿੱਜੀ ਵਾਹਨ ਪਾਰਕ ਕਰਦਾ ਤਾਂ 4 ਘੰਟੇ ਦੀ ਫੀਸ 50 ਰੁਪਏ, 4 ਤੋਂ 8 ਘੰਟੇ ਦੀ ਫੀਸ 70 ਰੁਪਏ ਅਤੇ ਇਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ। ਕਮਰਸ਼ੀਅਲ ਵਹੀਕਲ ਦੇ ਲਈ ਟਿਕਟ ਪਿਕਾਡਲੀ ਮੋਲ ਦੇ ਬਾਹਰ ਪਹਿਲਾਂ 4 ਘੰਟੇ ਦੇ ਲਈ 250 ਰੁਪਏ, 4 ਤੋਂ 8 ਘੰਟੇ ਦੇ ਲਈ 410 ਰੁਪਏ ਅਤੇ ਇਸ ਤੋਂ ਬਾਅਦ ਦੇ ਵਿੱਚ 30 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਲੱਗੇਗਾ। ਪਿਕਾਡਲੀ ਮੋਲ ਦੇ ਬਾਹਰ ਨਿੱਜੀ ਵਾਹਨਾਂ ਦੇ ਲਈ ਪਹਿਲਾਂ 4 ਘੰਟੇ ਦੀ ਫੀਸ 50 ਰੁਪਏ, 4 ਤੋਂ 8 ਘੰਟੇ ਦੀ ਫੀਸ 70 ਰੁਪਏ ਅਤੇ ਇਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਲਏ ਜਾਣਗੇ। ਇਸ ਤੋਂ ਇਲਾਵਾ ਐਲੈਂਟੇ ਮੋਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਐਲੈਂਟੇ ਮੋਲ ਦੇ ਵਿੱਚ ਪਹਿਲੇ 4 ਘੰਟਿਆਂ ਦੇ ਲਈ ਕਾਰ ਅਤੇ ਬਾਈਕ ਦਾ ਰੇਟ 70 ਰੁਪਏ ਅਤੇ 4 ਤੋਂ 8 ਘੰਟਿਆਂ ਦੇ ਲਈ 130 ਰੁਪਏ ਅਤੇ 8 ਘੰਟੇ ਤੋਂ ਬਾਅਦ 20 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਵਾਧੂ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਐਲੈਂਟੇ ਮੋਲ ਦੇ ਵਿੱਚ ਮਿੰਨੀ ਬੱਸ, ਕੈਬ ਅਤੇ ਟੈਕਸੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ 4 ਘੰਟਿਆਂ ਦੇ ਲਈ 250 ਰੁਪਏ, 4 ਤੋਂ 8 ਘੰਟਿਆਂ ਦੇ ਲਈ 400 ਰੁਪਏ ਅਤੇ 8 ਘੰਟਿਆਂ ਤੋਂ ਬਾਅਦ ਦੇ ਲਈ
30 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਵਸੂਲੇ ਜਾਣਗੇ। ਉੱਥੇ ਹੀ ਐਲਾਂਟੇ ਮਾਲ ਦੇ ਵਿੱਚ ਟੂਰਿਸਟ ਬੱਸ ਦਾ ਵੀ ਜੋ ਰੇਟ ਹੈ ਉਹ ਤੈਅ ਕਰ ਦਿੱਤਾ ਗਿਆ। ਪਹਿਲੇ 4 ਘੰਟੇ ਦਾ 450 ਰੁਪਏ, 4 ਤੋਂ 8 ਘੰਟਿਆਂ ਦਾ 800 ਰੁਪਏ ਅਤੇ 8 ਘੰਟੇ ਤੋਂ ਬਾਅਦ 50 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਐਕਸਟਰਾ ਜੋ ਚਾਰਜ ਹੈ ਉਹ ਵਸੂਲਿਆ ਜਾਵੇਗਾ।